ਫਿਲੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਗਿਆਤ ਨੰਬਰ ਤੋਂ ਫੋਨ ਆਇਆ, ਜਿਸ ਨੇ ਵਟਸਐਪ ਤੇ ਗੁਰਪ੍ਰੀਤ ਸਿੰਘ ਭੁੱਲਰ ਜੋ ਪੁਲਿਸ 'ਚ ਉੱਚ ਅਧਿਕਾਰੀ ਹਨ ਉਨ੍ਹਾਂ ਦੀ ਤਸਵੀਰ ਲਗਾਈ ਹੋਈ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਤੁਹਾਡੀ ਇਨਕੁਆਇਰੀ ਕਰਨੀ ਹੈ ਅਤੇ ਉਹ ਮੈਨੂੰ ਮੇਰੇ ਪਰਿਵਾਰ ਸੰਬੰਧੀ ਪੁੱਛਗਿੱਛ ਕਰਨ ਲੱਗ ਪਿਆ, ਜਿਸ ਤੋਂ ਬਾਅਦ ਮੈਨੂੰ ਉਸ 'ਤੇ ਸ਼ੱਕ ਜਿਹਾ ਪਿਆ ਅਤੇ ਮੈਂ ਜਲਦੀ ਨਾਲ ਫੋਨ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਮੈਨੂੰ ਡਰ ਲੱਗਣ ਲੱਗਾ ਕਿ ਉਸ ਵਟਸਐਪ 'ਤੇ ਵੱਡੇ ਪੁਲਿਸ ਅਧਿਕਾਰੀ ਦੀ ਫੋਟੋ ਲੱਗੀ ਹੋਈ ਸੀ। ਮੈਂ ਫਿਰ ਸੋਚਿਆ ਕਿ ਕਿਤੇ ਕੋਈ ਗੱਲ ਨਾ ਹੋ ਜਾਵੇ। ਮੈਂ ਤੁਰੰਤ ਸ਼ਹਿਰ ਦੇ ਪਤਵੰਤੇ ਸੱਜਣ ਨੂੰ ਨਾਲ ਲੈ ਕੇ ਥਾਣਾ ਫਿਲੌਰ ਗਿਆ। ਜਦੋਂ ਉੱਥੇ ਜਾ ਕੇ ਪੁਲਿਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਫਰੋਡ ਫੋਨ ਆਉਂਦੇ ਰਹਿੰਦੇ ਹਨ, ਤੁਸੀਂ ਕੋਈ ਫਿਕਰ ਨਾ ਕਰੋ। ਜਿਸ ਤੋਂ ਬਾਅਦ ਉਸਨੇ ਕਿਹਾ ਕਿ ਉਹ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਉਸ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਾਂਗੇ। ਮੇਰਾ ਨਾਮ ਰਾਜ ਕੁਮਾਰ ਹੈ ਜੀ। ਕੀ ਮਾਮਲਾ ਸਰ? ਇੱਕ ਕਾਲ ਆ ਰਹੀ ਆ ਜੀ, ਉੱਤੇ ਨੰਬਰ ਪਾਕਿਸਤਾਨ ਦਾ ਆ ਤੇ ਪੰਜਾਬ ਪੁਲਿਸ ਦੇ ਅਫਸਰ ਦੀ ਫੋਟੋ ਲੱਗੀ ਹੋਈ ਆ ਜਿਹੜਾ ਕਿ ਅੰਮ੍ਰਿਤਸਰ ਦਾ ਰਹਿਣ ਵਾਲੇ ਆ, ਤਾਂ ਉਹਨਾਂ ਨੇ ਮੈਨੂੰ ਇਹ ਬਲੈਕਮੇਲ ਬੰਦਾ ਕਰ ਰਿਹਾ ਆ, ਵਾਰ ਵਾਰ ਇਹ ਮੇਰੇ ਘਰ ਦੀ ਇਨਫੋਰਮੇਸ਼ਨ ਮੰਗ ਰਿਹਾ ਮੇਰੇ ਕੋਲੋਂ ਤੇ ਮੈਨੂੰ ਇਹ ਕਹਿ ਰਿਹਾ ਆ ਵੀ ਆਪਣੇ ਘਰ ਦੇ ਸਾਰੇ ਬਾਰੇ ਦੱਸੋ, ਆਪਣੇ ਘਰ ਦੇ ਬਾਰੇ ਦੱਸੋ। ਇਹਦੀ ਸੂਚਨਾ ਤੁਸੀਂ ਪੁਲਿਸ ਨੂੰ ਦਿੱਤੀ? ਹਾਂਜੀ, ਅਸੀਂ ਥਾਣੇ ਦੇ ਵਿੱਚ ਗਏ ਸੀਗੇ ਤੇ ਥਾਣੇ ਵਾਲਿਆਂ ਨੇ ਕਿਹਾ ਵੀ ਤੁਸੀਂ ਇਹ ਨੰਬਰ ਬਲੌਕ ਕਰੋ ਤੇ ਫਰੌਡ ਆ ਬੰਦੇ ਜਿਹੜੇ ਫੋਨ ਕਰਦੇ ਆ। ਕੀ ਡਿਟੇਲ ਮੰਗ ਰਹੇ ਆ? ਉਹ ਸਾਡੇ ਘਰ ਦੇ ਸਾਡੇ ਬੱਚਿਆਂ ਬਾਰੇ ਇਨਫੋਰਮੇਸ਼ਨ ਮੰਗਦੇ ਆ। ਅੱਛਾ, ਤੁਹਾਡੇ ਕੋਲ ਕੋਈ ਬੈਂਕ ਅਕਾਊਂਟ ਦਾ ਵੀ ਮੰਗਿਆ ਕਿ ਨਹੀਂ ਕੀਤਾ? ਨਹੀਂ, ਬੈਂਕ ਅਕਾਊਂਟ ਦਾ ਮੰਗਿਆ ਨਹੀਂ ਗਾ, ਪਰ ਮੈਂ ਮੂਹਰੇ ਉਹਨਾਂ ਦਾ ਫੋਨ ਬੰਦ ਕਰ ਦਿੱਤਾ। ਤੇ ਹੁਣ ਮੰਗ ਕੀ ਕਰਦੇ ਆ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇੱਦਾਂ ਦੇ ਬੰਦਿਆਂ ਨੂੰ ਜਿਹੜਾ ਆ ਰੋਕਿਆ ਜਾਵੇ, ਤਾਂ ਕਿ ਗਾਂ ਤੋਂ ਕਿਸੇ ਹੋਰ ਨਾਲ ਫਰੋਡ ਨਾ ਕਰਨ। ਯਾਨੀ ਤੁਹਾਨੂੰ ਪੁਲਿਸ ਨੇ ਵੀ ਇਹ ਕਿਹਾ ਵੀ ਹੋਰਾਂ ਦਾ ਵੀ? ਹਾਂਜੀ, ਇਹ ਹੋਰਾਂ ਨੂੰ ਵੀ ਫੋਨ ਆਉਂਦੇ ਆ ਤੇ ਤੁਸੀਂ ਇਹ ਨੰਬਰ ਬਲੌਕ ਕਰ ਦਿਓ, ਇਹਦੀ ਜਾਂਚ ਦੀ ਮੰਗ ਕਰੋ ਨਾ। ਹਾਂਜੀ, ਪੁਲਿਸ ਨੂੰ ਚਾਹੀਦਾ ਜੀ ਇਹਨਾਂ ਦੀ ਜਾਂਚ ਕੀਤੀ ਜਾਵੇ, ਕੋਈ ਹੋਰ ਬੰਦੇ ਦੇ ਨਾਲ ਕੋਈ ਠੱਗੀ ਨਾ ਹੋਵੇ।